ਜਾਨੀ ਕਿ ਜਿੰਨੀਆਂ ਬਿਮਾਰੀਆਂ ਦੀ ਜੜ ਹੈ ਉਹ ਪੇਟ ਦੇ ਕੀੜੇ ਨੇ। ਬੱਕਰੀ ਪਾਲਕ ਕਹਿੰਦੇ ਨੇ ਬਾਈ ਜੀ ਮਤਲਬ ਕੁੱਖ ਨਹੀਂ ਕੱਢਦੀ, ਬਾਈ ਜੀ ਇਹਦੇ ਰੰਗਤ ਨਹੀਂ ਆਉਂਦੀ, ਬਾਈ ਜੀ ਅਸੀਂ ਇੰਨੀ ਇਹਨੂੰ ਖੁਰਾਕ ਪਾਉਂਦੇ ਹਾਂ, ਜਾਨੀ ਕਿ ਵੀ ਇਹ ਵੱਧਦੀ ਫੁੱਲਦੀ ਨਹੀਂ। ਇਹ ਮੇਨ ਕਾਰਨ ਪੇਟ ਦੇ ਕੀੜਿਆਂ ਦਾ। ਦੋ ਮਹੀਨਿਆਂ ਦੀ ਗੱਲ ਹੀ ਨਾ ਕਰੋ, ਹੁਣ ਕੰਮ ਨਿਬੜ ਗਿਆ। ਉੱਥੇ ਕਿਸਾਨਾਂ ਦੀ ਬਹੁਤ ਵੱਡੀ ਗਲਤ ਹੈ। ਆਂਡੇ ਦੀ ਪਰਤ ਹੁੰਦੀ ਹੈ ਜਿਹੜੀ, ਉਹਦੇ ਉੱਤੇ ਕੋਈ ਦਵਾਈ ਅਟੈਕ ਨਹੀਂ ਕਰਦੀ ਕਿਉਂਕਿ ਕੀੜਾ ਤਾਂ ਅੰਦਰ ਹੈ। ਜੇ ਤੁਸੀਂ ਨਾਲ ਲੀਵਰ ਟੋਨਿਕ ਦਿਓਗੇ ਤਾਂ ਕਦੇ ਵੀ ਲੀਵਰ ਤੇ ਕੋਈ ਫਰਕ ਨਹੀਂ। ਦੇਖੋ ਦੇਸੀ ਤਰੀਕਾ ਵੀ ਹੁੰਦਾ ਜੀ, ਜਿਵੇਂ ਬਹੁਤ ਸਾਰੇ ਜਿਵੇਂ ਕੱਦੂ ਦੇ ਬੀਜ ਬੱਕਰੀਆਂ ਦੇ ਵਿੱਚ ਜਿਹੜੀ ਪੇਟ ਦੇ ਕੀੜਿਆਂ ਦੀ ਦਵਾਈ ਦੇਣੀ ਹੈ ਉਹ ਕਿਹੜੇ ਤਰੀਕੇ ਨਾਲ ਦੇਣੀ ਹੈ ਤੇ ਪੇਟ ਦੇ ਕੀੜਿਆਂ ਦੀ ਦਵਾਈ ਦੇਣੀ ਕਿਉਂ ਜ਼ਰੂਰੀ। ਜਿੰਨੀ ਗਿੱਡ ਆਊਗੀ ਖੁਸ਼ਕ ਹੋਊਗੀ ਚਮੜੀ, ਉਦੋਂ ਸਮਝ ਲਾ ਤੁਹਾਡੇ ਜਿਹੜੇ ਕੀੜੇ ਆ ਪੇਟ ਦੇ ਉਹ ਨਹੀਂ ਜਾਨੀ ਕਿ ਨਿਕਲੇ ਖੱਬੀ ਸਾਈਡ ਦੀ, ਕਿਉਂਕਿ ਇਹਦਾ ਜਿੰਨੀ ਭੋਜਨ ਪ੍ਰਣਾਲੀ ਹੁੰਦੀ ਹੈ ਉਹ ਖੱਬੀ ਸਾਈਡ ਹੁੰਦੀ ਹੈ। ਇਸੇ ਤਰ੍ਹਾਂ ਆਪਣੇ ਆਪ ਹੀ ਲੈ ਲਿਆ। ਕਦੇ ਵੀ ਪੇਟ ਦੇ ਕੀੜਿਆਂ ਦੀ ਅਣਗਹਿਲੀ ਨਾ ਕਰੋ, ਕਿਉਂਕਿ ਜਿੰਨੀਆਂ ਬੱਕਰੀ ਪਾਲਣ ਦੇ ਵਿੱਚ ਬਿਮਾਰੀਆਂ ਆਉਂਦੀਆਂ ਨੇ ਸਭ ਤੋਂ ਵੱਡਾ ਕਾਰਨ ਪੇਟ ਦੇ ਕੀੜਿਆਂ ਦਾ। ਹਾਂਜੀ ਦੋਸਤੋ, ਸਾਰੇ ਵੀਰਾਂ ਨੂੰ ਪਿਆ ਭਰੀ ਸਤਿ ਸ਼੍ਰੀ ਅਕਾਲ, ਉਮੀਦ ਆ ਸਾਰੇ ਠੀਕ ਠਾਕ ਹੋਵੋਗੇ। ਬਾਈ ਜੀ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਜ਼ਿਆਦਾ ਖਾਸ ਹੋਣ ਵਾਲੀ ਹੈਗੀ। ਖਾਸ ਕਿਵੇਂ? ਕਿਉਂਕਿ ਅੱਜ ਆਪਾਂ ਤਿਆਰ ਕਰ ਰਹੇ ਹਾਂਗੇ ਆਪਣਾ ਬੱਕਰੀ ਪਾਲਣ ਜਾਣਕਾਰੀ ਦਾ 10ਵਾਂ ਪਾਰਟ। ਇਹ ਪਾਰਟ ਥੋੜ੍ਹਾ ਜਿਹਾ ਲੇਟ ਹੋ ਗਿਆ, ਮਾਫ਼ੀ ਚਾਹੁੰਦੇ ਹਾਂ ਕਿ ਥੋੜ੍ਹੇ ਜਿਹੇ ਰੁਝੇਵੇਂ ਜ਼ਿਆਦਾ ਹੋ ਗਏ ਸੀਗੇ। ਅਤੇ ਅੱਜ ਦੇ ਪਾਰਟ ਦੇ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਬੱਕਰੀਆਂ ਦੇ ਮੇਮਣਿਆਂ ਦੇ ਪੇਟ ਦੇ ਕੀੜੇ ਕਿਵੇਂ ਮਾਰੇ ਜਾਂਦੇ ਨੇ, ਜਾਂ ਫਿਰ ਬੱਕਰੀਆਂ ਦੇ ਪੇਟ ਦੇ ਕੀੜੇ ਕਿਵੇਂ ਮਾਰੀਏ ਆਪਾਂ, ਠੀਕ ਹੈ ਜੀ। ਕਿਉਂਕਿ ਬਹੁਤ ਸਾਰੇ ਵੀਰਾਂ ਨੂੰ ਅਸਲੀ ਡੀ ਵਾਰਮਿੰਗ ਕਰਨ ਦਾ ਤਰੀਕਾ ਹੀ ਨਹੀਂ ਪਤਾ ਹੈਗਾ। ਆਪਾਂ ਇਹ ਨਹੀਂ ਕਹਿੰਦੇ ਵੀ ਹਾਂ ਹਰੇਕ ਨੂੰ ਨਹੀਂ ਪਤਾ, ਬਹੁਤ ਨੂੰ ਨਹੀਂ ਪਤਾ ਵੀ ਆਪਾਂ ਬੱਕਰੀਆਂ ਦੇ ਪੇਟ ਦੇ ਕੀੜੇ ਕਿਵੇਂ ਮਾਰੀਏ, ਕਿਉਂਕਿ ਪੇਟ ਦੇ ਕੀੜਿਆਂ ਦੇ ਨਾਲ ਬਹੁਤ ਜ਼ਿਆਦਾ ਰੋਗ ਜਿਹੜੇ ਉਹ ਲੱਗ ਜਾਂਦੇ ਨੇ, ਠੀਕ ਹੈ ਜੀ। ਅਤੇ ਬਸ ਵੀਡੀਓ 'ਚ ਬਣੇ ਰਹੋ, ਤੁਹਾਨੂੰ ਸਾਰਾ ਤਰੀਕਾ ਦੱਸਾਂਗੇ। ਅਤੇ ਆਪਣੇ ਕੋਲ ਹੋਣਗੇ ਜਗਦੀਪ ਬਾਈ ਜੀ, ਬਣੇ ਰਹੋ ਵੀਡੀਓ ਦੇ ਵਿੱਚ। ਚਲੋ ਆਪਾਂ ਚੱਲਦੇ ਹਾਂ ਜਗਦੀਪ ਬਾਈ ਦੇ ਕੋਲ। ਆ ਜਾਓ ਆ ਜਾਓ ਬਾਈ ਜੀ, ਆਪਾਂ ਗੱਲਬਾਤ ਕਰਦੇ ਹਾਂ ਹੁਣ ਜਗਦੀਪ ਬਾਈ ਦੇ ਨਾਲ। ਬਾਈ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਈ ਜੀ, ਇਲਤੀ ਲਾਣਾ ਧੂਰੀ ਚੈਨਲ ਦਾ ਅਤੇ ਸਾਰੇ ਦਰਸ਼ਕ ਵੀਰਾਂ ਦਾ, ਕਿਸਾਨ ਵੀਰਾਂ ਦਾ ਤਹਿ ਦਿਲੋਂ ਧੰਨਵਾਦ। ਸਤਿ ਸ਼੍ਰੀ ਅਕਾਲ, ਧੰਨਵਾਦ ਬਾਈ ਜੀ। ਬਾਈ ਜੀ ਆਪਾਂ ਅੱਜ ਗੱਲਬਾਤ ਕਰਨੀ ਹੈਗੀ ਪੇਟ ਦੇ ਕੀੜਿਆਂ ਦੇ ਬਾਰੇ, ਠੀਕ ਹੈ ਜੀ। ਹਾਂਜੀ, ਹੁੰਦੇ ਕੀ ਨੇ ਪੇਟ ਦੇ ਕੀੜੇ, ਪਹਿਲਾਂ ਸਾਨੂੰ ਇਹ ਗੱਲ ਦੱਸੋ ਜੀ। ਸਭ ਤੋਂ ਪਹਿਲਾਂ ਤਾਂ ਜੀ ਦੇਖੋ, ਜਿੰਨੇ ਵੀ ਮੇਰੇ ਭਰਾ ਬੱਕਰੀ ਪਾਲਕ ਵੀਰ ਵੀਡੀਓ ਦੇਖਦੇ ਨੇ, ਪਿਆਰ ਦਿੰਦੇ ਨੇ, ਬਹੁਤ ਸਾਰੇ ਫੋਨ ਆਉਂਦੇ ਆ, ਅਤੇ ਚਲੋ ਧੰਨਵਾਦ ਵੀ ਕਰਦੇ, ਅਸੀਂ ਵੀ ਧੰਨਵਾਦ ਕਰਦੇ ਵੀ ਤੁਸੀਂ ਵੀਡੀਓ ਦੇਖਦੇ ਹੋ, ਠੀਕ ਹੈ ਜੀ। ਦੇਖੋ ਸਾਡੀ ਵੀਡੀਓ ਜਿੰਨੀ ਵੀ ਮਤਲਬ ਕਿ ਬਣਦੀ ਹੈ ਉਹ ਕਿੰਨਵਾਂ ਪਾਠ ਚੱਲ ਰਿਹਾ ਜੀ, ਇਹ ਦਸਵਾਂ ਪਾਠ ਚੱਲ ਰਿਹਾ, ਠੀਕ ਹੈ। ਤਾਂ ਦਸਵੇਂ ਪਾਠ ਦੇ ਵਿੱਚ ਦੱਸਿਆ ਜਾ ਰਿਹਾ ਹੈਗਾ ਵੀ ਪੇਟ ਦੇ ਕੀੜਿਆਂ ਬਾਰੇ, ਠੀਕ ਹੈ। ਜਿਵੇਂ ਬਾਈ ਜੀ ਦਾ ਸਵਾਲ ਹੈ ਕਿ ਵੀ ਪੇਟ ਦੇ ਕੀੜੇ ਹੁੰਦੇ ਕੀ ਨੇ, ਬਹੁਤ ਸਾਰੇ ਕਿਸਾਨ ਵੀਰ ਨੇ, ਕੁਛ ਤਾਂ ਵਿਚਾਰੇ ਆਜੜੀ ਵੀਰ ਨੇ ਜੋ ਥੋੜ੍ਹੇ ਇੱਕ ਦੋ 'ਤੇ ਕੰਮ ਕਰਦੇ ਆ, ਜਾਂ ਆਜੜੀ ਵੀਰ ਨੇ ਜਿਹਨਾਂ ਨੂੰ ਮੈਡੀਸਨ ਇਹ ਲਾਈਨ ਬਾਰੇ ਘੱਟ ਪਤਾ, ਠੀਕ ਹੈ। ਦੇਖੋ ਬਹੁਤ ਸਾਰੇ ਕਿਸਾਨ ਵੀਰ ਨੇ ਜੋ ਇਸ ਤੋਂ ਵਾਂਝੇ ਨੇ, ਇਹ ਬਹੁਤ ਵੱਡੀ ਭਿਆਨਕ ਸਮੱਸਿਆ ਹੈਗੀ ਕਿਸਾਨ ਵੀਰਾਂ ਦੇ ਲਈ, ਬੱਕਰੀ ਪਾਲਕਾਂ ਦੇ ਲਈ, ਕਿਉਂਕਿ ਇਹਦੇ ਨਾਲ ਯਾਨੀ ਕਿ ਪੇਟ ਦੇ ਕੀੜੇ ਇੰਨੀ ਖਤਰਨਾਕ ਚੀਜ਼ ਹੈ, ਯਾਨੀ ਕਿ ਜਿੰਨੀਆਂ ਬਿਮਾਰੀਆਂ ਦੀ ਜੜ ਹੈ ਉਹ ਪੇਟ ਦੇ ਕੀੜੇ ਨੇ, ਠੀਕ ਹੈ ਜੀ। ਚਾਹੇ ਸਭ ਤੋਂ ਮੇਨ ਜਿਹੜੀ ਬਿਮਾਰੀ ਆਉਂਦੀ ਹੈ ਪੇਟ ਦੇ ਕੀੜਿਆਂ ਨਾਲ, ਜਿਵੇਂ ਆਪਾਂ ਕਹਿ ਦਈਏ ਉਹ ਗਿੱਡ ਦਾ ਰੋਗ ਆਉਂਦਾ, ਜਿਵੇਂ ਗਿੱਡ ਦਾ ਰੋਗ ਕੀ ਹੈ ਜੀ, ਜਿਹਦੇ ਨਾਲ ਯਾਨੀ ਕਿ ਇੰਨੀ ਜ਼ਿਆਦਾ ਮਾਤਰਾ ਦੇ ਵਿੱਚ ਕੀੜੇ ਪੇਟ ਦੇ ਵਿੱਚ ਹੋ ਜਾਂਦੇ ਨੇ, ਪੂਰੇ ਸਰੀਰ 'ਚ ਘਰ ਕਰ ਜਾਂਦੇ ਨੇ, ਵੀ ਇਹਦਾ ਜਿਹੜਾ ਦਿਮਾਗੀ ਸਰਕਲ ਆ ਉਹ ਰੁਕਣ ਲੱਗ ਜਾਂਦਾ, ਠੀਕ ਹੈ। ਦੇਖੋ ਬਾਈ ਜੀ, ਇਹ ਮਤਲਬ ਕਿ ਇੱਕ ਪ੍ਰਕਾਰ ਦੇ ਨਹੀਂ ਹੁੰਦੇ ਕੀੜੇ, ਯਾਨੀ ਕਿ ਜਿਵੇਂ ਆਪਾਂ ਸੁੰਡ ਕਹਿ ਦਈਏ, ਇੱਕ ਮਿੰਗਣਾ ਦੇ ਵਿੱਚ ਨਾ ਮਤਲਬ ਕਿ ਲਿਫਾਫਾ ਟਾਈਪ ਜਾਲੇ ਆਉਂਦੇ ਆ, ਉਹ ਵੀ ਪੇਟ ਦੇ ਕੀੜੇ ਪਾਏ ਜਾਂਦੇ ਨੇ। ਬਹੁਤ ਸਾਰੇ ਪ੍ਰਕਾਰ ਦੇ ਕੀੜੇ ਹੈ ਜਿਹੜੇ ਮਤਲਬ ਕਿ ਇੱਕ ਜਾਲਾ ਟਾਈਪ ਆਉਂਦੇ ਆ, ਲੰਮੇ ਟਾਈਪ ਆਉਂਦੇ ਆ, ਬਰੀਕ ਟਾਈਪ ਆਉਂਦੇ ਆ, ਜਦੋਂ ਬਿਲਕੁਲ ਪੋਜੀਸ਼ਨ ਸੁੰਡਾਂ ਵਾਲੀ ਬਣ ਜੇ, ਸੁੰਡ ਟਾਈਪ ਬਾਹਰ ਆਉਣ ਲੱਗ ਗਏ, ਉਦੋਂ ਪੂਰੀ ਯਾਨੀ ਕਿ ਵੱਡੀ ਸਮੱਸਿਆ ਚੱਲ ਰਹੀ ਹੈ। ਦਿਖਦੇ ਹੁੰਦੇ ਨੇ ਆਪਾਂ ਅੱਖਾਂ ਨਾਲ, ਜਦੋਂ ਬਿਲਕੁਲ ਦਿਸਣਗੇ ਜੀ, ਬਿਲਕੁਲ ਦਿਸਣਗੇ, ਬਿਲਕੁਲ ਪ੍ਰੋਪਰ ਤੁਹਾਨੂੰ ਦਿਸਣਗੇ, ਪਰ ਜਦੋਂ ਦਿਸਣ ਲੱਗ ਗਏ ਉਦੋਂ ਸਮਝ ਲਓ ਜਿਹੜੀ ਕੀੜਿਆਂ ਦੀ ਮਾਤਰਾ ਹੈ ਉਹ ਲੋੜ ਤੋਂ ਜ਼ਿਆਦਾ ਵੱਧ ਚੁੱਕੀ ਹੈ। ਹਾਂਜੀ ਹਾਂ, ਕਿਉਂਕਿ ਬਹੁਤ ਸਾਰੇ ਕੀੜੇ ਇੱਦਾਂ ਦੇ ਨੇ ਜਿਹੜੇ ਮਿੰਗਣ ਦੇ ਵਿੱਚ ਨਹੀਂ ਦਿਸਦੇ, ਉਹ ਜੱਜ ਕਰਨੇ ਪੈਂਦੇ ਆ, ਠੀਕ ਹੈ। ਇਸ ਲਈ ਕੀੜੇ ਬਹੁਤ ਘਾਤਕ ਬਿਮਾਰੀ ਆ, ਹਰ ਇੱਕ ਪ੍ਰੋਬਲਮ ਦਾ ਕਾਰਨ ਪੇਟ ਦੇ ਕੀੜੇ ਆ, ਠੀਕ ਹੈ ਜੀ। ਮੰਨ ਲਓ ਆਪਣੇ ਕੋਲ ਇੱਕ ਬੱਚਾ ਹੈਗਾ, ਠੀਕ ਹੈ ਜੀ, ਹਾਂਜੀ, ਆਪਾਂ ਨੂੰ ਕਿਵੇਂ ਪਤਾ ਲੱਗੂਗਾ ਵੀ ਹਾਂ ਪੇਟ ਦੇ ਵਿੱਚ ਕੀੜੇ ਨੇ? ਠੀਕ ਹੈ ਜੀ, ਬਿਲਕੁਲ, ਜਿਸ ਤਰ੍ਹਾਂ
पेट के कीड़े पता करने वास्ते जो सिमटम की ने एक तो जी जानवर की बच्चे की स्किन है जी खुश्क रह लग जूगी स्किन खुश्क हाँ दूसरा वो ज़्यादातर गिड्ड आऊगी अखा के ठीक है जी तीसरा जानी कि भी जो लोड़ तो ज़्यादा वो जी बाल है वो झड़न लग जाएंगे ऐ मुठ्ठी भरोंगे तो बाल आने मन के चलो भी पेट के कीड़े लोड़ तो ज़्यादा बच चुके हैं बकरी च भी इदा हो जी बच्चे भी उदो चौथा कारण जी लास्ट स्टेज होंगी है वो जो कीड़े मिंगना राही डायरैक्ट ही बाहर आने लग जा उदो समझ लो लोड़ तो ज्यादा पेट के कीड़े बन चुके हैं हाँ जी हाँ मरण की प्रॉब्लम आउंदी है जे देखो जी लोड़ तो ज्यादा बढ़ जाए पेट के कीड़े ना मरदे तो नहीं बकरी ग्रोथ नहीं करती जिनी मर्जी तुसी फीड पा लो जिनी मर्जी तुसी उन्हां नूं चराई करा लो खुराक पा लो यह जानी कि लोड़ तो ज्यादा जो पेट दे चोगे बकरी ग्रोथ करती भी नहीं हाँ जी हाँ बकरी वीक रहूगी बहुत सारे बकरी पालक कहते हैं भाई जी मतलब कुख नहीं कढ़दी भाई जी ये रंगत नहीं आउंदी भाई जी असीं इन्नी नूं खुराक पाउने आ जानी कि भी ये वधदी फुलदी नहीं ये मेन कारण पेट के कीड़ियां दा हुंदा हाँ जी क्योंकि जिहड़ी चीज़ आम बकरी पालक आपां आम ही पंजाबियों की आदत है जिहड़ी चीज़ आपां अखीं देखदे नहीं वो तो उन्हां चिर यकीन नहीं करदे हाँ इसलिए ये चीज़ां जो दिखने लग जाते उदो सिचुएशन बिगड़ चुकी होंदी है हदों ज़्यादा हाँ जी हाँ ठीक है जी ते उहदा हल किवें करिए फिर आपां जी हल देखो जी इहदी डीवर्मिंग है जिहड़ी उह करन दा इक तरीका हैगा बहुत सारे किसान वीर आ पेट दे कीड़े दी दवाई दिंदे आ पर उह कई वार सही नहीं दिंदे कई वार दवाई नहीं वधिया हुंदी तरीका हुंदा इहदा कोई इहदा इक तरीका है जी उह तरीका मैं तुहानूं हुण दसदा वी बकरी नूं जिहड़ी कि पेट दे कीड़ियां दी जिहड़ी डीवर्मिंग करनी है उह किहड़े तरीके नाल करनी चाहीदी आ ठीक है जी उह जानी कि जिवें हुण तुहानूं आह दिखा रिहा हैगा मैं जूम कर दिओ भाई जरा पहला स्टैप है जी ये मान लो फुल मात्रा दे जेड़े कीड़े पाए गए हैं फुल मात्रा दे फिर आपने की करया इनू दवाई देती ठीक है पेट के कीड़े दवाई देती तो वैसे मैं एक गल बिच दी दसना चाहना जो सवेर का खाना दे के पेट के कीड़े दवाई देनी है कदे भी खाली पेट कोई भी दवाई ना दो क्योंकि वह लीवर से बहुत इफेक्ट पैंदा ठीक है जी इसलिए जदों भी तुसी कीड़े दवाई देनी है तो सवेर का खाना दे के उन्हों उस तो बाद दवाई दो हाँ देखो पहले वीक फस्ट वीक यानी कि आप जी दवाई देती ठीक है तो ये एक हफ्ते बाद जी कीड़िया की क्वांटिटी होजू इतने घट जू घट जूगी ठीक है जी खत्म नहीं होंगी खत्म नहीं होंगी आपू की होंगे भी आप डीवर्म करती दो महीने की गल ही ना करो हूँ दो कम निबड़ गया उत्थे किसान की बहुत बड़ी गलत है सोच गलत है जी इसलिए इस चीज़ को ध्यान रखना भी कदे भी यानी कि आप फसलों पर भी स्प्रे कर दिया तो एक बारी दे विच सारा कीड़ा नहीं मरता तो उदू बाद की है दोबारा ये कीड़े कुछ मात्रा दे विच रह गए ठीक है जी हाँ जो रह गए उदू बाद की हफ्ते बाद पहले फस्ट वीक तो लैके सैकेंड वीक ते जाके आप दोबारा फिर डीवर्मिंग कर दो फिर दवाई दे दो ठीक है जी यानी कि कीड़े भी मर गए ठीक है तो जोड़े रह गए सी हफ्ते बाद वह भी मर गए हुण तीजा स्टैप की हैगा आंडे आंडे जेडे आंडे होंदे आ लेयर होंदी है लेयर ते कदे भी कोई दवाई काम नहीं करदी आंडे दी परत होंदी है जिहड़ी उहदे उत्ते कोई दवाई अटैक नहीं करदी क्योंकि कीड़ा तां अंदर है फिर उहदा किवें हल लगदा इसे लई इहनूं यानी कि पहले दिन तो लैके सत्तवां दिन ठीक है सत्तवें दिन तो लैके इक्कीवां दिन इक्कीवें दिन जाके दुबारे डीवर्मिंग करो क्योंकि पहले दिन तो लैके इक्कीवें दिन दे विच जिहड़े आ कीड़े ने ये अंडे चो बाहर निकल चुके होंगे ठीक है जी इसलिए ये भी मर गए तो सत्तवें दिन ये भी मर गए पहले दिन तो लैके इक्कीवें दिन ये बाहर आए तो ये भी मर ठीक है इसलिए यह तरीका जिहड़ा अंडिया नू पेट के कीड़िया नू खत्म करन दा सही तरीका बस एक चीज़ का हमेशा ध्यान रखना है भी बहुत सारे किसान भीर बड़ी गलती करते हैं ये यानी कि वैसे अलबंडाजोल साल्ट है जिहड़ा वह प्रैगनेंसी सेफ है प्रैगनेंसी पशुओं के लिए स्पैशल ध्यान रखना उस चीज़ का ठीक है कंपनी कोई भी वरत लो एक तो इस चीज़ का ध्यान रखना भी जिहड़ी दवाई एक बार तुसी डीवर्मिंग च वरत ली वो अगली बार ना वरतो मतलब भी एक बार तो जिवें हुण ऐतकी देती हफ्ते बाद देती इक्कीवें दिन थी वो तो एक ही ब्रांड वरतना हाँ जो अगली बार करनी है आपां अगले मंथां दे विच करनी है दो ढाई महीनों बाद आपां दोबारा कर दो हाँ जी हाँ तो जदों अगली बार करनी है उदो साल्ट कोई होर यूज़ कर लो जिवें बहुत सारिया आउंदियां एल्बोमार आउंदियां जैकालॉज आउंदियां ठीक है बहुत सारिया आउंदियां ने इक्को का तो नहीं करनी चाहिए क्योंकि यानी कि वह दवाई का असर घट जाता जी हाँ इसलिए वह दवाई आदि हो जाता उस तो अगली बार जिवें आपां कोई रोज़ एक टीका लवा लो वह टीके का असर घटना शुरू हो जाता जो कोई नवा इंजैक्शन दिंदा
ਤਾਂ ਫਿਰ ਉਹ ਚੀਜ਼ ਅਸਰ ਕਰਨ ਲੱਗਦੀ। ਇਸ ਲਈ ਜਦੋਂ ਵੀ ਪੇਟ ਦੇ ਕੀੜਿਆਂ ਦੀ ਦਵਾਈ ਦੇਣੀ ਆ ਤਾਂ ਉਹਦੇ ਉਹਨੂੰ ਇਕੱਲੀ ਨਾ ਦਿਓ ਕਦੇ ਵੀ, ਕਿਉਂਕਿ ਆਪਾਂ ਕਿਸਾਨਾਂ ਕਿਸਾਨੀ ਨਾਲ ਸਾਰੇ ਸੰਬੰਧਿਤ ਆ। ਜਦੋਂ ਫਸਲ 'ਤੇ ਸਪਰੇ ਕਰਦੇ ਹਾਂ, ਇੱਕ ਫਸਲ ਨੂੰ ਅਤੇ ਕੀੜਿਆਂ ਨੂੰ ਮਾਰਨ ਵਾਲੀ ਕਰਦੇ ਹਾਂ, ਇੱਕ ਫਸਲ ਨੂੰ ਬਚਾਉਣ ਵਾਲੀ ਜ਼ਰੂਰ ਕਰਦੇ ਹਾਂ ਨਾਲ, ਠੀਕ ਆ। ਇਸੇ ਤਰ੍ਹਾਂ ਇਹ ਲੀਵਰ ਦੇ ਵਿੱਚ ਪੇਟ ਦੇ ਕੀੜਿਆਂ ਨੂੰ ਮਾਰੂ, ਠੀਕ ਹੈ, ਅਤੇ ਇਹ ਲੀਵਰ ਟੋਨਕ ਨਾਲ ਜ਼ਰੂਰ ਦੇਣਾ, ਦੇਣਾ ਜ਼ਰੂਰ ਹੈ। ਹਾਂ, ਜਿਹੜੀ ਇਹ ਲੀਵਰ ਨੂੰ ਬਚਾਊ, ਠੀਕ ਹੈ, ਇਹ ਲੀਵਰ 'ਤੇ ਸਾਈਡ ਇਫੈਕਟ ਪਾਊ ਜੇ ਤੁਸੀਂ ਇਕੱਲੀ ਦਿਓਗੇ, ਠੀਕ ਹੈ। ਜੇ ਤੁਸੀਂ ਨਾਲ ਲੀਵਰ ਟੋਨਕ ਦਿਓਗੇ ਤਾਂ ਕਦੇ ਵੀ ਲੀਵਰ 'ਤੇ ਕੋਈ ਇਫੈਕਟ ਨਹੀਂ ਪਊਗਾ। ਚਲੋ, ਇਹ ਤਾਂ ਹੋ ਗਿਆ ਇੱਕ ਆਪਣਾ ਦਵਾਈ ਵਾਲਾ ਤਰੀਕਾ। ਦੇਸੀ ਤਰੀਕਾ ਹੁੰਦਾ ਇਹਦਾ ਕੋਈ? ਦੇਖੋ, ਦੇਸੀ ਤਰੀਕਾ ਵੀ ਹੁੰਦਾ ਜੀ, ਜਿਵੇਂ ਬਹੁਤ ਸਾਰੇ ਜਿਵੇਂ ਕੱਦੂ ਦੇ ਬੀਜ ਜਾਂ ਕੁਛ ਬਹੁਤ ਸਾਰੇ ਪੇੜ ਨੇ ਜੋ ਆਜੜੀ ਵੀਰ ਜਾਣਦੇ ਆ, ਜਿਵੇਂ ਟਾਹਲੀ ਦੇ ਪੇੜ ਲਾ ਲਓ, ਅਮਰੂਦ ਦੇ ਪੇੜ ਲਾ ਲਓ, ਠੀਕ ਹੈ। ਇਹ ਕੁਛ ਪੱਤੇ ਹੁੰਦੇ ਆ ਜਿਨ੍ਹਾਂ ਦੇ ਨਾਲ ਆਪਣੇ ਆਪ ਹੀ ਪੇਟ ਦੇ ਕੀੜੇ ਵਾਸ਼ ਆਊਟ ਹੋ ਜਾਂਦੇ। ਪੇਟ ਦਾ ਕੀੜਾ ਬਣਦਾ ਵੀ ਨੀਰੇ ਚਾਰਿਆਂ ਤੋਂ, ਪੱਤਿਆਂ ਤੋਂ, ਗੰਦਗੀ ਤੋਂ ਬਣਦਾ। ਜਿੰਨੀਆਂ ਬਾਹਰਲੀ ਚੀਜ਼ਾਂ ਦੀ ਚਰਾਈ ਕਰਦੀ ਆ ਜਾਂ ਫਾਰਮ ਦੇ ਵਿੱਚ ਆਪਾਂ ਕੋਈ ਉੱਲੀ ਰੋਗ ਦੇ ਕੋਈ ਹਰੇ ਚਾਰੇ ਪਾਉਂਦੇ ਹਾਂ ਜਾਂ ਕੋਈ ਮੰਨ ਲਓ ਨੀਰੇ ਹੀ ਰੇਤੇ ਧੂੜ ਮਿੱਟੀ ਵਾਲਾ ਪਾਉਂਦੇ, ਉੱਥੋਂ ਕੀੜੇ ਪੈਦਾ ਹੁੰਦੇ ਆ। ਹਾਂਜੀ ਹਾਂ, ਚਲੋ। ਇਸ ਲਈ ਇਸ ਚੀਜ਼ ਦਾ ਜ਼ਰੂਰ ਕਿਸਾਨ ਆ ਜਿਹੜੇ ਉਹ ਧਿਆਨ ਰੱਖਣ ਵੀ ਬੱਕਰੀਆਂ ਦੇ ਵਿੱਚ ਜਿਹੜੀ ਪੇਟ ਦੇ ਕੀੜਿਆਂ ਦੀ ਦਵਾਈ ਦੇਣੀ ਹੈ ਉਹ ਕਿਹੜੇ ਤਰੀਕੇ ਨਾਲ ਦੇਣੀ ਹੈ ਅਤੇ ਪੇਟ ਦੇ ਕੀੜਿਆਂ ਦੀ ਦਵਾਈ ਦੇਣੀ ਕਿਉਂ ਜ਼ਰੂਰੀ ਹੈ, ਵਰਤ ਕੇ ਦੇਖੀਏ ਆਪਾਂ ਨੂੰ ਵਰਤਣੀ ਕਿਵੇਂ ਆਉਣਾ ਆਪਾਂ ਇੱਕ ਵਾਰੀ। ਹਾਂ, ਇਹ ਦੇਣ ਦਾ ਤਰੀਕਾ ਤੁਹਾਨੂੰ ਦੱਸ ਦਿੰਦੇ ਜੀ। ਲਓ ਬਾਈ ਜੀ, ਜੁੜੇ ਰਹੇ ਹੁਣ ਆਪਾਂ ਦੇਖਦੇ ਹਾਂ ਵੀ ਇਹ ਕਰਨੀ ਕਿਵੇਂ ਹੈਗੀ ਆਪਾਂ ਡੀ ਵਾਰਮਿੰਗ, ਠੀਕ ਹੈ ਜੀ। ਪੇਟ ਦੇ ਕੀੜੇ ਮਾਰਨੇ ਕਿਵੇਂ ਨੇ, ਕਿੰਨੀ ਇਹ ਦੇਣੀ ਹੈਗੀ, ਆਪਾਂ ਸਾਰਾ ਕੁਛ ਤੁਹਾਨੂੰ ਦੱਸਾਂਗੇ, ਬਸ ਵੀਡੀਓ 'ਚ ਬਣੇ ਰਹੋ। ਆਓ ਜੋ ਬਾਈ ਜੀ। ਚਲੋ ਬਾਈ ਜੀ, ਹੁਣ ਆਪਾਂ ਕਰ ਦਿਆਂਗੇ ਡੀ ਵਾਰਮਿੰਗ, ਠੀਕ ਹੈ ਜੀ। ਪੇਟ ਦੇ ਕੀੜੇ ਮਾਰ ਦਿਆਂਗੇ, ਕੀੜੇ ਬਹੁਤ ਨੇ ਇਹਨਾਂ ਦੇ ਵਿੱਚ, ਕੀੜੇ ਬਹੁਤ ਨੇ ਬਾਈ। ਆਹ ਦੇਖੋ ਇਹਨਾਂ ਮਤਲਬ ਵੀ ਆਹ ਜਿਹੜੀ ਖੁਸ਼ਕੀ ਆ, ਆਹ ਦੇਖੋ ਵਾਲ ਦੇਖੋ ਇਹਦੇ, ਠੀਕ ਹੈ। ਵੈਸੇ ਤਾਂ ਇਹਦੀ ਇਹ ਵੀ ਨਾ ਲੂਈ ਵੀ ਲਾ ਰਿਹਾ, ਪਰ ਜਿਹੜਾ ਇਹਦਾ ਪਿੰਡ ਆ ਉਹ ਆਪਾਂ ਨੂੰ ਦੱਸ ਰਿਹਾ ਖੁਸ਼ਕ ਹੋ ਗਿਆ ਨਾ। ਹਾਂਜੀ, ਹੁਣ ਇਹਦੀ ਚਮਕ ਦੇਖੋ, ਜਦੋਂ ਖੁਸ਼ਕੀ ਆ ਗਈ ਤਾਂ ਸਮਝ ਲਓ ਤੁਹਾਡੇ ਬੱਚਿਆਂ ਦੇ ਪੇਟ ਦੇ ਕੀੜੇ ਅੰਦਰ ਉਹ ਸਹੀ ਵਾਸ਼ ਆਊਟ ਨਹੀਂ ਹੋਏ ਪ੍ਰੋਪਰ। ਆਹ ਦੇਖੋ ਗਿੱਡ ਦੀ ਵੀ ਇਹਨੂੰ ਪ੍ਰੋਬਲਮ ਹੈਗੀ ਆ, ਜਿੰਨੀ ਗਿੱਡ ਆਊਗੀ ਖੁਸ਼ਕ ਹੋਊਗੀ ਚਮੜੀ ਉਦੋਂ ਸਮਝ ਲਾ ਤੁਹਾਡੇ ਜਿਹੜੇ ਕੀੜੇ ਆ ਪੇਟ ਦੇ ਉਹ ਨਹੀਂ ਯਾਨੀ ਕਿ ਨਿਕਲੇ। ਹੁਣ ਦਵਾਈ ਦੀ ਗੱਲ ਕਰੀਏ, ਜੇ ਵੈਸੇ ਇਸ ਚੀਜ਼ ਦਾ ਧਿਆਨ ਰੱਖਿਓ ਬਾਈ ਜੀ ਵੀ ਕੋਈ ਵੀ ਮੈਡੀਸਨ ਦੇਣੀ ਆ ਉਹਦੇ ਕੁਆਂਟਿਟੀ ਪਰ ਕੇ ਜੀ ਦੇ ਹਿਸਾਬ ਨਾਲ ਲਿਖੀ ਹੁੰਦੀ ਆ, ਬੋਡੀ ਵੇਟ ਦੇ ਹਿਸਾਬ ਨਾਲ। ਜਿਵੇਂ ਇੱਦਾਂ ਇਹ ਦਵਾਈ ਹੈਗੀ, ਇਹ ਦਵਾਈ ਹੈਗੀ ਐਲਬਾ ਕਮ, ਠੀਕ ਹੈ ਜੀ। ਐਲਬੰਡਾਜੋਲ ਸਾਲਟ ਹੈ ਜੀ, ਠੀਕ ਹੈ। ਇਹਨੂੰ ਆਪਾਂ ਬੱਚੇ ਨੂੰ 4 ml ਮੰਨ ਲਓ ਇਹਦੀ ਡੋਜ਼ ਮੁਤਾਬਕ ਆਪਾਂ ਇਹਦੇ ਵਿੱਚ ਪਾ ਲਈ ਭਾਂਡੇ ਦੇ ਵਿੱਚ, ਅੱਡ ਭਾਂਡੇ 'ਚ ਪਾਉਣੀ ਹੈ। ਹਾਂਜੀ ਹਾਂ, ਠੀਕ ਹੈ। ਵੈਸੇ ਡਾਇਰੈਕਟ ਵੀ ਕਰ ਸਕਦੇ ਹਾਂ, ਕੋਈ ਵੱਡੀ ਗੱਲ ਨਹੀਂ, ਪਰ ਮਿਕਸ ਕਰਕੇ ਦਿਓਗੇ ਤਾਂ ਤੁਹਾਡੀ ਸਿਰਦਰਦੀ ਖਤਮ ਹੈ। 4 ਅਤੇ ਜਿਹੜੇ ਲੀਵਰ ਟੋਨਿਕ ਹੈ ਉਹ ਤੁਸੀਂ 5 ਅਤੇ 5 10 ml 10 ml ਲੀਵਰ ਟੋਨਿਕ ਦੇਣਾ। ਇਹਦੇ ਨਾਲ 2.5 ਗੁਣਾ ਲੀਵਰ ਟੋਨਿਕ ਆਪਾਂ ਜ਼ਿਆਦਾ ਪਾਵਾਂਗੇ। ਲਓ ਜੀ, ਦੇਖ ਸਕਦੇ ਹੋਗੇ 4 ml ਤਾਂ ਆਪਣੀ ਜਿਹੜੀ ਡੀਵਾਰਮਿੰਗ ਵਾਲੀ ਦਵਾਈ ਹੈ ਨਾ। ਹਾਂ ਹਾਂ, ਤੇ ਬਾਕੀ 10 ml ਇਹਨੂੰ ਇਸ ਤਰ੍ਹਾਂ ਰਲਾ ਲਓ, ਆਪਾਂ ਰਲਾ ਕੇ ਇਹ 1 ਬਣ ਗਈ, ਠੀਕ ਹੈ। ਇਹ ਜਿਹੜੀ ਇਕੱਲੀ ਜ਼ਹਿਰ ਸੀ, ਜ਼ਹਿਰ ਵੀ ਖਤਮ ਹੋ ਗਈ ਅਤੇ ਲੀਵਰ ਨੂੰ ਵੀ ਨਹੀਂ ਕੁਛ ਹੋਣ ਦਿੰਦੀ ਅਤੇ ਕੀੜੇ ਵੀ ਨਹੀਂ ਛੱਡਦੀ, ਠੀਕ ਹੈ। ਦੋਨੇ ਕੰਮ ਕਰ, ਹਾਂ, ਕੱਲ੍ਹ ਨੂੰ ਤੁਹਾਨੂੰ ਸ਼ਰੇਆਮ ਇਹਦੇ ਵਿੱਚੋਂ ਕੀੜੇ ਨਿਕਲਦੇ ਦਿਖਾਵਾਂਗੇ, ਠੀਕ ਹੈ ਜੀ। ਠੀਕ ਹੈ, ਇਸ ਤਰ੍ਹਾਂ ਕਦੇ ਵੀ ਜਦੋਂ ਦਵਾਈ ਦੇਣੀ ਹੈ ਬੱਚੇ ਨੂੰ ਖਾਸ ਕਰਕੇ ਉਹਦੀ ਜੀਭ ਨਾ ਦੱਬੋ, ਖੱਬੀ ਸਾਈਡ ਦੀ ਦੇ ਦਿਓ, ਠੀਕ ਹੈ। ਇਹ ਖੱਬੀ ਸਾਈਡ ਦੀ, ਕਿਉਂਕਿ ਇਹਦਾ ਜਿੰਨੀ ਭੋਜਨ ਪ੍ਰਣਾਲੀ ਹੁੰਦੀ ਹੈ ਉਹ ਖੱਬੀ ਸਾਈਡ ਹੁੰਦੀ ਹੈ। ਇਸੇ ਤਰ੍ਹਾਂ ਇਹ ਆਪਣੇ ਆਪ ਹੀ ਲੈ ਲੂਗਾ, ਹੌਲੀ ਹੌਲੀ ਇਹਨੂੰ ਪ੍ਰੈਸ ਕਰ ਦਿਓ। ਜੀਭ ਕਦੇ ਨਾ ਦੱਬੋ, ਕਿਉਂਕਿ ਆਹ ਦੇਖੋ ਬੱਚਾ ਆਪਣੇ ਆਪ ਹੀ ਪੀ ਰਿਹਾ, ਠੀਕ ਹੈ ਨਾ। ਟੇਸਟ ਕਿੱਦਾਂ ਦਾ ਹੁੰਦਾ ਹੋਊ ਇਹਦਾ? ਟੇਸਟ ਇਹਦਾ ਬਾਈ ਜੀ ਪੂਰਾ ਕੌੜਾ ਹੋਊਗਾ, ਲੀਵਰ ਟੋਨਕ ਪਾ ਕੇ ਥੋੜ੍ਹਾ ਜਿਹਾ ਮਿੱਠਾ ਹੋ ਜਾਂਦਾ, ਲੀਵਰ ਟੋਨਕ ਮਿੱਠਾ ਹੁੰਦਾ, ਠੀਕ ਹੈ ਜੀ, ਫਾਇਦਾ ਹੋ ਜਾਂਦਾ। ਹਾਂ, ਉਦੋਂ ਅਗਲੀ ਸਰਿੰਜ ਤਾਂ ਇਹ ਆਪਦੇ ਆਪ ਮੰਗੂਗਾ, ਠੀਕ ਹੈ। ਇਸ ਤਰ੍ਹਾਂ ਤੁਸੀਂ ਜੋ ਡੀਵਰਮ ਕਰਤੀ ਤਾਂ ਇਹ ਪ੍ਰੋਪਰਲੀ ਇਸੇ ਤਰ੍ਹਾਂ ਹੀ ਹਫ਼ਤੇ ਬਾਅਦ ਕਰਨੀ ਹੈ, ਇਸੇ ਤਰ੍ਹਾਂ ਹੀ ਤੁਸੀਂ 21ਵੇਂ ਦਿਨ ਕਰ, ਠੀਕ ਹੈ। ਇਸ ਚੀਜ਼ ਦਾ ਧਿਆਨ ਰੱਖਣਾ। ਤਾਂ ਬਾਈ ਜੀ ਦੇਖ ਸਕਦੇ ਹੋਗੇ ਇਹ ਹੈਗਾ ਅਸਲੀ ਤਰੀਕਾ ਡੀਵਰਮਿੰਗ ਕਰਨ ਦਾ, ਹੈ ਨਾ ਬਾਈ ਜੀ। ਕੋਈ ਹੋਰ ਤਰੀਕਾ ਜੀ? ਨਹੀਂ, ਸਭ ਤੋਂ ਬੈਟਰ ਤਰੀਕਾ ਅਤੇ ਸੌਖਾ ਅਤੇ ਆਸਾਨ ਤਰੀਕਾ ਇਹੀ ਆ, ਅੱਛਾ ਜੀ, ਠੀਕ ਹੈ ਜੀ। ਇਸ ਲਈ ਬਾਕੀ ਆਹ ਨਮਕ ਦਿਖਾ ਸਕਦੇ ਹੋ, ਨਮਕ ਜ਼ਰੂਰ ਜਾਨਵਰਾਂ ਨੂੰ ਦੇਣਾ ਚਾਹੀਦਾ। ਕੋਈ ਹੋਰ ਖਾਸ ਗੱਲ ਬਾਈ ਜੀ? ਖਾਸ ਗੱਲ ਇਹੀ ਆ ਬਾਈ ਜੀ ਵੀ ਕਦੇ ਵੀ ਪੇਟ ਦੇ ਕੀੜਿਆਂ ਦੀ ਅਣਗਹਿਲੀ ਨਾ ਕਰੋ, ਕਿਉਂਕਿ ਜਿੰਨੀਆਂ ਬੱਕਰੀ ਪਾਲਣ ਦੇ ਵਿੱਚ ਬਿਮਾਰੀਆਂ ਆਉਂਦੀਆਂ ਨੇ ਸਭ ਤੋਂ ਵੱਡਾ ਕਾਰਨ ਪੇਟ ਦੇ ਕੀੜਿਆਂ ਦਾ। ਅੱਛਾ ਜੀ, ਹਾਂਜੀ, ਠੀਕ ਹੈ। ਬਸ ਇੰਨਾ ਹੀ ਕਹਿਣਾ ਚਾਹੂੰਗਾ ਮੈਂ ਕਿਸਾਨ ਵੀਰਾਂ ਨੂੰ ਵੀ ਬੱਕਰੀ ਪਾਲਕ ਧਿਆਨ ਦੇਣ, ਪੇਟ ਦੇ ਕੀੜਿਆਂ ਦੀ ਪ੍ਰੋਪਰ ਡੀਵਰਮਿੰਗ ਕਰਨ। ਬਾਕੀ
ਕਿਸੇ ਨੇ ਵੀ ਬੱਕਰੀ ਪਾਲਣ ਕਰਨਾ ਹੋਵੇ ਸਹੀ ਤਰੀਕੇ ਨਾਲ ਤਾਂ ਉਹ 1 ਅਤੇ 2 ਅਕਤੂਬਰ ਦੀ ਬੱਕਰੀ ਪਾਲਣ ਟ੍ਰੇਨਿੰਗ ਹੈ ਰੰਧਾਵਾ ਟ੍ਰੇਡਿੰਗ ਵੱਲੋਂ ਕਿਸੇ ਵੀਰ ਨੇ ਰਜਿਸਟ੍ਰੇਸ਼ਨ ਕਰਾਉਣੀ ਹੋਵੇ ਤਾਂ 94640 54125 ਤੇ ਕਰਵਾ ਸਕਦਾ ਜੀ ਇਹੀ ਵਟਸਐਪ ਨੰਬਰ ਹੈ ਜੀ ਇਹੀ ਕਾਲਿੰਗ ਨੰਬਰ ਠੀਕ ਹੈ ਬਾਈ ਜੀ ਹਾਂਜੀ ਸਤਿ ਸ਼੍ਰੀ ਅਕਾਲ ਧੰਨਵਾਦ ਲਓ ਜੀ ਬਾਈ ਜੀ ਇਹ ਸੀ ਅੱਜ ਦਾ ਸਾਡਾ 10ਵਾਂ ਪਾਰਟ ਡੀ ਵਾਰਮਿੰਗ ਦੇ ਉੱਤੇ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਅੱਜ ਦਾ ਜਿਹੜਾ ਪਾਰਟ ਆ ਜਿਹੜਾ 10ਵਾਂ ਵਧੀਆ ਲੱਗਿਆ ਹੋਵੇਗਾ ਹੁਣ ਆਪਾਂ ਮਿਲਦੇ ਹਾਂਗੇ ਅਗਲੇ 11ਵੇਂ ਪਾਰਟ ਦੇ ਵਿੱਚ ਇੱਕ ਨਵਾਂ ਟੌਪਿਕ ਲੈ ਕੇ ਅਤੇ ਚੱਲਦੀ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਕਿਸੇ ਨਾ ਕਿਸੇ ਵੀਰ ਦਾ ਜਿਹੜਾ ਫਾਇਦਾ ਹੋ ਸਕੇ ਕਿਉਂਕਿ ਬਹੁਤ ਵੀਰਾਂ ਨੂੰ ਡੀ ਵਾਰਮਿੰਗ ਜਿਹੜੀ ਨਹੀਂ ਕਰਨੀ ਆਉਂਦੀ ਤੁਹਾਡੇ ਇੱਕ ਸ਼ੇਅਰ ਦੇ ਨਾਲ ਕਿਸੇ ਵੀ ਵੀਰ ਦਾ ਫਾਇਦਾ ਹੋ ਸਕਦਾ ਠੀਕ ਹੈ ਜੀ ਮਿਲਦੇ ਹਾਂਗੇ ਆਪਾਂ ਫਿਰ ਨਵੀਂ ਵੀਡੀਓ ਦੇ ਵਿੱਚ ਧੰਨਵਾਦ